अजी शख्सियत जिसनू अपने इलाके नाल बेहद लगाव। अपने इलाके ते पांच पिंडा नू जिसने अपनाया। पिंड वासियां दे वधिया भविख लई कर रहे हन काम। बच्चियां दी उचेरी सिख्या लई बनाए मॉडर्न स्कूल, जिथे स्किल डेवलपमेंट ते दिता जांदा है खास ध्यान। मिलावांगे एह जी खास शख्सियत दे नाल। वेखो महापुरख। अज साडे जिहड़े महापुरख ने मिसिज मधु चितकारा ओह साडे नाल मौजूद ने। मैम तुहाडा जी न्यूज़ च बहुत बहुत स्वागत है। शुक्रिया। ਤੇ ਮੈਮ ਜਿੱਦਾਂ ਕਿ ਅਸੀਂ ਸਾਰੀ ਜਗ੍ਹਾ ਜਿਹੜੀ ਤੁਸੀਂ ਅਡੋਪਟ ਕੀਤਿਆਂ ਨੇ, ਵਿਲੇਜ ਜਿਹੜੀ ਤੁਸੀਂ ਅਡੋਪਟ ਕੀਤਿਆਂ ਨੇ, ਤੇ ਕਿੱਦਾਂ ਤੁਸੀਂ ਉਹਨਾਂ ਨੂੰ ਚੇਂਜ ਕੀਤਾ ਸੀ ਸਾਰਾ ਕੁਝ ਦੇਖਿਆ, ਤੇ ਅਸੀਂ ਤੁਹਾਡੇ ਮੂੰਹੋਂ ਜਾਣਨਾ ਚਾਹਾਂਗੇ ਕਿ ਇਹਦੀ ਤੁਸੀਂ ਪਹਿਲ ਕਿੱਥੋਂ ਸ਼ੁਰੂ ਕੀਤੀ, ਕੀ ਰੀਜ਼ਨ ਸੀਗਾ ਕਿ ਤੁਸੀਂ ਇਹਨਾਂ ਵਿਲੇਜਸ ਨੂੰ ਅਡੋਪਟ ਕੀਤਾ ਤੇ ਉਹਦੇ 'ਚ ਇੰਨੀ ਚੇਂਜਸ ਤੁਸੀਂ ਲੈ ਕੇ ਆਏ। ਪਹਿਲੀ ਗੱਲ ਤਾਂ ਜੀ ਪੰਜਾਬੀ ਨੂੰ ਬਹੁਤ ਬਹੁਤ ਧੰਨਵਾਦ। ਤੁਸੀਂ ਸੋਚਿਆ ਸਰ, ਇਹ ਵਰਡ ਬਹੁਤ ਵੱਡਾ ਹੈ ਮਹਾਂਪੁਰਖ ਕਹਿਣਾ, ਬਿਕੋਜ਼ ਉਹਦੇ ਲਾਇਕ ਅਸੀਂ ਹੈਗੇ ਨਹੀਂ। ਬਟ ਜਦ ਅਸੀਂ ਸੋਚਿਆ, ਬਿਕੋਜ਼ ਮੇਰਾ ਜਿਹੜਾ ਫੀਲਡ ਹੈਗਾ ਐਜੂਕੇਸ਼ਨ, ਮੈਂ ਸਟਾਰਟ ਕਰਿਆ ਆਪਣੀ ਲਾਈਫ ਜਰਨੀ 76 ਤੋਂ ਟੀਚਿੰਗ, ਅਤੇ ਹੁਣ ਤੁਸੀਂ ਅਗਰ ਦੇਖੋ ਤਾਂ ਮੇਰੇ ਤਕਰੀਬਨ 46 ਈਅਰਸ ਹੋ ਗਏ ਐਜੂਕੇਸ਼ਨ ਵਿੱਚ। ਪਹਿਲੇ ਮੈਂ ਕੰਮ ਕਰਦੀ ਸੀ ਬਾਕੀ ਲੋਕਾਂ ਵਾਸਤੇ, ਅਤੇ ਇੱਕ ਸਟੇਜ 'ਤੇ ਮੇਰੀ ਫੈਮਿਲੀ ਨੂੰ ਲੱਗਿਆ, ਮੈਨੂੰ ਮੇਰੇ ਹਸਬੈਂਡ ਨੂੰ, ਅਸੀਂ ਬੋਥ ਆਫ ਆਸ ਅਸੀਂ ਪੰਜਾਬ ਮੈਥ ਤੋਂ ਬਿਲੋਂਗ ਕਰਦੇ ਹਾਂ ਐਂਡ ਸਬਜੈਕਟ ਸਾਡਾ ਮੈਥਮੈਟਿਕਸ ਹੈ। ਅਤੇ 2001 ਵਿੱਚ ਅਸੀਂ ਸੋਚਿਆ ਕਿ ਕੁਛ ਇਸ ਤਰ੍ਹਾਂ ਕੀਤਾ ਜਾਏ ਜਿੱਥੇ ਆਪਣੇ ਲੈਵਲ 'ਤੇ ਐਜੂਕੇਸ਼ਨ ਨੂੰ ਡਿਫਰੈਂਟ ਲੈਵਲ 'ਤੇ ਲੈ ਕੇ ਜਾਏਗਾ। ਅਤੇ 2001 ਵਿੱਚ ਅਸੀਂ ਇਸ ਜਗ੍ਹਾ 'ਤੇ ਜਿੱਥੇ ਅਸੀਂ ਬੈਠੇ ਹਾਂ, ਰਾਜਪੁਰਾ ਵਿੱਚ ਆਉਂਦਾ ਏਰੀਆ ਬਨੂੜ ਦੇ ਕੋਲ ਹੈ, ਅਤੇ ਅਸੀਂ ਇੱਥੇ ਆਏ ਅਸੀਂ ਜਸਟ ਸਰਪੰਚ ਨੂੰ ਮਿਲੇ, ਅਸੀਂ ਕਿਹਾ ਵੀ ਅਸੀਂ ਕੁਛ ਕਰਨਾ ਚਾਹੁੰਦੇ ਹਾਂ ਐਜੂਕੇਸ਼ਨ ਵਿੱਚ। ਸੋ ਉਹ ਬਹੁਤ ਮਤਲਬ ਮੈਂ ਬੜੀ ਹੈਰਾਨ ਸੀਗੀ, ਕਿਉਂਕਿ ਪਹਿਲੀ ਵਾਰੀ ਮੈਂ ਇਸ ਤਰ੍ਹਾਂ ਪਿੰਡ ਵਿੱਚ ਆਈ ਸੀ, ਬਿਕੋਜ਼ ਮੈਂ ਬਿਲੋਂਗ ਕਰਨੀ ਹਾਂ ਦਿੱਲੀ ਤੋਂ, ਅਤੇ ਮੈਂ ਕਦੇ ਵੀ ਪਿੰਡ ਵਾਲੇ ਲੋਕਾਂ ਨੂੰ ਮਿਲੀ ਨਹੀਂ ਸੀ ਕਿ ਕਿਸ ਤਰ੍ਹਾਂ ਇਹ ਲੋਕ ਪੂਰੇ ਮਤਲਬ ਇੰਨੇ ਓਪਨ ਆਰਮਸ ਨਾਲ ਸਾਨੂੰ ਇਹਨਾਂ ਨੇ ਕਿਹਾ, ਬਿਕੋਜ਼ ਮੈਂ ਇੱਥੇ ਨੂੰ ਬਿਲੋਂਗ ਵੀ ਨਹੀਂ ਕਰਦੀ। ਅਤੇ ਉਹਨਾਂ ਨੇ ਕਿਹਾ ਕਿ ਵੀ ਬੀਬਾ ਇੱਕ ਕੰਮ ਕਰਨਾ, ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜਦ ਵੀ ਤੁਸੀਂ ਇਹ ਕੋਈ ਚੀਜ਼ ਵੀ ਖੋਲ੍ਹੋ, ਅਸੀਂ ਪੂਰੇ ਓਪਨ ਹਾਂ, ਬਟ ਤੁਸੀਂ ਨੌਕਰੀਆਂ ਰੁਜ਼ਗਾਰ ਸਾਡੇ ਬੱਚਿਆਂ ਨੂੰ ਦੇ ਦੇਣਾ। ਅਤੇ ਉਹਦੇ ਵਾਸਤੇ ਮੈਨੂੰ ਵੀ ਬਹੁਤ ਫਾਇਦਾ ਸੀ। ਪੰਜਾਬੀ ਇੰਗਲਿਸ਼ ਵਿੱਚ ਕਹਿੰਦੇ ਨਾ ਵੀ ਇਟ ਵਾਜ਼ ਵਿਨ ਵਿਨ ਫੋਰ ਬੋਥ, ਅਤੇ ਸਾਡੇ ਵਾਸਤੇ ਵੀ ਠੀਕ ਸੀਗਾ ਕਿ ਉਹੀ ਲੋਕ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਇਸ ਸਾਰੇ ਮਾਹੌਲ ਦਾ ਪਤਾ, ਔਰ ਉਹ ਅਗਰ ਸਾਡੇ ਵਾਸਤੇ ਕੰਮ ਕਰ ਰਹੇ ਆ, ਅਤੇ ਅਗਰ ਕਿਸੇ ਸਟੇਜ 'ਤੇ ਕੋਈ ਵੀ ਜ਼ਰੂਰਤ ਹੈਗੀ ਅਤੇ ਦਿਆ ਦਿਆ, ਤਾਂ ਉਹ ਸਾਡੇ ਵਾਸਤੇ ਪੂਰੇ ਖੁੱਲ੍ਹੇ ਦਿਲ ਨਾਲ ਬੈਠੇ ਆ। ਔਰ ਉਹਨਾਂ ਵਾਸਤੇ ਕੀ ਫਾਇਦਾ ਸੀ ਕਿ ਹਾਇਰ ਐਜੂਕੇਸ਼ਨ ਉਹਨਾਂ ਦੇ ਇਸ ਏਰੀਆ 'ਚ ਆ ਰਿਹਾ ਸੀਗਾ। ਪਹਿਲੀ ਵਾਰੀ ਕਿਸੇ ਨੇ ਸੋਚਿਆ ਕਿ ਹਾਇਰ ਐਜੂਕੇਸ਼ਨ ਇੰਸਟੀਚਿਊਟ ਇੱਥੇ ਖੋਲ੍ਹਣਾ, ਸਕੂਲ ਸੀਗੇ ਇੱਥੇ ਬਟ ਕਾਲਜ ਨਹੀਂ ਸੀਗੇ, ਸਟਾਰਟਿੰਗ ਅਸੀਂ ਕਾਲਜ ਤੋਂ ਕਰਿਆ। ਅਤੇ ਜਦ ਇਹ ਚੀਜ਼ ਮੇਰੇ ਦਿਮਾਗ 'ਚ ਆਈ, ਜਦ ਮੈਂ ਉਹਨਾਂ ਨੂੰ ਮਿਲੀ ਅਤੇ ਉਹਨਾਂ ਨੇ ਬੋਲਿਆ ਕਿ ਆਸ ਪਾਸ ਸਾਡੇ 5 ਪਿੰਡ ਹੈ ਜਿਹੜੇ ਇਸ ਜਗ੍ਹਾ ਨੂੰ ਲੱਗਦੇ, ਅਤੇ ਤੁਸੀਂ ਸੋਚੋ ਮੈਮ ਕੀ ਕਰਨਾ ਤੁਸੀਂ। ਅਤੇ ਮੈਂ ਉਸ ਦਿਨ ਹੀ ਮਤਾ ਪਾਸ ਕਰਿਆ, ਐਂਡ ਉਹ ਮੈਨੂੰ ਹੁਣ ਤੱਕ ਯਾਦ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਮਤਾ ਪਾਸ ਕਰਨਾ, ਅਤੇ ਤੁਸੀਂ ਨਾ ਸਾਡੇ ਸਾਰੇ ਸਰਪੰਚ ਉੱਥੇ ਬੈਠੇ ਹੋਣਗੇ ਐਂਡ ਤੁਸੀਂ ਸਾਡੇ ਪਿੰਡ 'ਚ ਆਉਣਾ। ਅਤੇ ਮੈਂ ਗਈ ਉੱਥੇ, ਅਤੇ ਉਹਨਾਂ ਨੇ ਕਿਹਾ ਕਿ ਮਤਾ ਕਹਿੰਦਾ ਕਿ ਤੁਸੀਂ ਰੋਜ਼ਗਾਰ ਦਿਓਗੇ, ਪਰ ਮੈਂ ਉਸ ਟਾਈਮ ਇੱਕ ਗੱਲ ਕਹੀ, ਮੈਂ ਕਹਿੰਦੀ ਰੋਜ਼ਗਾਰ ਮੈਂ ਉਹਨਾਂ ਨਾਲ ਦਾਂਗੀ ਜਿਹੜੇ ਰੋਜ਼ਗਾਰ ਕਰਨ ਲਾਇਕ ਹੋਣਗੇ। ਅਤੇ ਉਹ ਇਸ ਤਰ੍ਹਾਂ ਨਹੀਂ ਕਿ ਤੁਸੀਂ ਕੋਈ ਵੀ ਐਣਾ ਖੜਾ ਆ ਕੇ ਕਹੇ ਜੀ ਮੈਨੂੰ ਰੋਜ਼ਗਾਰ ਦੇ ਦਿਓ, ਉਹ ਮੇਰੇ ਲਈ ਪੋਸੀਬਲ ਨਹੀਂ ਹੈ, ਕਿਉਂਕਿ ਮੈਂ ਐਜੂਕੇਸ਼ਨ ਇੰਸਟੀਚਿਊਟ ਚਲਾਉਣਾ, ਅਤੇ ਉਹਦੇ ਲਾਇਕ ਵੀ ਹੋਣੇ ਚਾਹੀਦੇ, ਤਾਂ ਉਹ ਤੁਸੀਂ ਫਿਕਰ ਨਹੀਂ ਕਰੋ, ਨੌਕਰੀ ਮੈਨੂੰ ਵੀ ਫਾਇਦਾ ਤੁਹਾਨੂੰ ਦੇ ਕੇ। ਅਤੇ ਅਸੀਂ ਜੇ ਸਟਾਰਟ ਕਰਿਆ ਤਾਂ 5 ਵਿਲੇਜ ਮੇਰੇ ਨਾਲ ਵਾਲੇ ਜਿਹੜੇ ਸੀਗੇ, ਫਤਿਹਪੁਰ ਗੜੀ, ਝਾਂਸਲਾ, ਥੂਆ, ਕਾਲੂ ਮਾਜਰਾ, ਅਸੀਂ ਸਾਰੇ ਵਿਲੇਜ ਜਦ ਅਸੀਂ ਗਏ, ਬਹੁਤ ਕੁਛ ਕਰਨ ਵਾਲਾ ਸੀਗਾ, ਐਨੀ ਕਿ ਉੱਥੇ ਸੀਗਾ ਨਹੀਂ, ਬਟ ਦੇਰ ਵਾਜ਼ ਸੋ ਮੱਚ ਟੂ ਡੂ। ਤੋ ਜਿਹੜੇ ਅਸੀਂ 9 ਬੰਦੇ ਨੇ ਜੁਆਇਨ ਕਰਿਆ, ਜਿਹੜੇ ਬਾਕੀ ਸਾਡੇ ਨਾਲ ਲੱਗੇ, ਉਹ ਕਹਿੰਦੇ ਸਭ ਤੋਂ ਪਹਿਲੇ ਤਾਂ ਇਹਨਾਂ ਦੇ ਸਕੂਲ ਦੇਖਣੇ। ਔਰ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀਗੀ ਕਿ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ, ਉਹਨਾਂ ਵਾਸਤੇ ਕੁਛ ਕਰਨਾ, ਐਂਡ ਇਨ ਰਿਟਰਨ ਜਦ ਵੀ ਸਾਨੂੰ ਲੋੜ ਪਈ ਕੁਛ ਵੀ, ਕੋਈ ਕੰਸਟਰਕਸ਼ਨ ਹੈ, ਕੋਈ ਸੁਸਾਇਟੀ ਤੋਂ ਪ੍ਰੋਬਲਮ ਆ ਰਹੀ ਹੈ, ਜਾਂ ਕੋਈ ਹਿੰਡਰੈਂਸ ਆ ਰਹੀ ਹੈ, ਤਾਂ ਉਹ ਸਾਰੇ ਮੇਰੇ ਨਾਲ ਖੜ੍ਹੇ ਸੀਗੇ। ਅੱਜ ਤੱਕ ਦੇਖ ਲਓ 2000
दो स्टार्ट करिया कॉलेज, हूँ 20 साल पूरे हो गए। कोई इस तरह मौका नहीं आया कि जब मैंने उन्होंने लोड़ पई हो ना आए हों, या जब उन्होंने साड़ी लोड़ है असं ना गए हों, तो वो वास्ते असं की करें, सब तो पहला काम की करें जो आई थिंक उस स्टैप शायद मैं गलती ना ले लिया या अचानक ले लिया, बट वह आउटकम बहुत सोहना है। असं सब तो पहले स्कूल फड़े, क्योंकि 2003 असी पहले 2002 इंजीनियरिंग कॉलेज खोलिया, 2003 असी बी एड कॉलेज खोलिया। तो बी एड कॉलेज वाले ने कमिटमेंट ली कि आप एक काम करते हैं मैम, क्योंकि बिकॉज सानू स्कूलों में जाना है, असी उन्होंने अपग्रेड करना है, तो कोई सानू पिंड दे दो, असी उहदे नाल काम शुरू करिए। जब असी गए तो स्कूल बहुत कुछ करन वाला सी, सो असी उन्होंने टीचिंग लर्निंग प्रोसेसिस नू काम करिया, फिर देखिया कि उत्थे इंफ्रास्ट्रक्चर अपग्रेड करन वाला है। जैसे साडे कोल फर्नीचर सीगा, असी उन्होंने फर्नीचर दिता, फिर उन्होंने सब तो पहला काम जिहड़ा बहुत अच्छा होया, एक जगह पई सी उन्होंने कोलों पिंड वालियां नू, तो उन्होंने बोलिया कि बीबा जी जगह हैगी इहनू कुछ कर दो। तो जिहड़े अनइम्पलॉयड लेडी सीगी उन्होंने बच्चे चले गए स्कूल, हसबेंड्स काम करन चले गए पिंडां च, उन्हों को टाइम ही टाइम सीगा। असी की करिया उत्थे ने एक सिलाई सेंटर खोले, और जो सिलाई सेंटर सीगा असी अपना इंस्ट्रक्टर रखिया, इंफ्रास्ट्रक्चर अपना बनाया, सिलाई मशीन अपनी दी, उन्होंने शुरू करे इंट्रस्ट लेना। फिर साढ़े को लैब कोट सीगे, जिन्हें भी इंजीनियरिंग के बच्चे उन्होंने वर्कशॉप जाने वास्ते लैब कोट चाहिए, तो असं उन्होंने कहा भी तुम काम करो, तुम लैब कोट लो एंड इस लैब कोट में बनाओ, विच कोई भी मीडिएटर नहीं है, विच का कोई बंदा नहीं है, तो तुम जो कुछ कर रहे हो वो सारी कमाई थोड़ी, प्रॉफिट किसी होर नहीं जाएगा, थर्ड पार्टी नहीं जाएगा, तो तुम मतलब सीधा ही बिजनेस टू क्लाइंट चले गए, एंड कोई विच वाला दलाल या विच वाला मीडिएटर नहीं है, तो उन्होंने पैसे मिले, पहली चीज़ है करनी। तो सैकेंड आप कर कि सारे बाकी कॉलेजेस में क्या कि तुम काम करो, चितकारा मंडी के नाते आप एक खोलनी शुरू करी, तो साढ़े जोड़े मार्केटिंग वाले बच्चे, सेल्स वाले बच्चे से, उन्होंने की करा, सब तो पहली जगह ली पारस डाउन टाउन, इन्होंने कहा तुम जो कुछ बना सकते हो ना पिंड वाले बना के दो, सू अचार, चटनी, परांदी, जुत्ती, फाइल कवर, थैले, बहुत कुछ इन्होंने इन्ना कुछ बना के दिता, फुलकारी के दुपट्टे, फुलकारी के कॉइन पर्सेस, बहुत सोहनी सोहनी चीज़ें इन्हों की, मतलब टैलेंट इन्ना सीगा। एंड साड़ी पंचलाइन चितकारा की हैगी एक्सप्लोर योर पोटेंशियल, से चितकारा यूनिवर्सिटी का पैशन ही है कि असी कुछ इन वास्ते करना, कुछ एक्सप्लोर करना। पूरा साथ दिता, फिर मेरी बहू आ गई, उन्हें पूरा स्कूल, दोनों चितकारा इंटरनेशनल स्कूल दो है, चितकारा यूनिवर्सिटी भी दो है, पंजाब विच भी, हरियाणा हिमाचल विच भी, जिहड़ी हिमाचल दी यूनिवर्सिटी उत्थे भी असी 5 अडॉप्ट करे हुए हैं। एंड द बेस्ट पार्ट इज कि स्कूल विच भी असी अडॉप्ट करे हुए हैं। ओके, सो तुसी देखो इहदा इकोसिस्टम कितना स्ट्रोंग है कि साडे ना ब्लड विच आ गया, एंड द जो भी सानू ज्वाइन करता है वो भी उस तरह का सोचना शुरू कर देता है। सो आई थिंक कल्ले चले सीगे एंड पूरा बनया गया पूरा, ते परिवार इन्ना हैगा, एंड चितकारा विच जो ज्वाइन कर लैंदा नॉर्मली वो छोड़ के नहीं जाता, बिकॉज उन्होंने इन्नी ज़्यादा कमिटमेंट लगती है, एंड दे स्टार्ट वर्किंग। तो बहुत डिफरेंट इको सिस्टम है, एंड बहुत ज़्यादा असी रूट्स नाल जुड़े हैं, बिकॉज एजुकेशन तो है जी, और बहुत मिडिल क्लास फैमिली तो बिलोंग करने, सो इस वास्ते सानू पता है कि 27 में जब सैलरी खत्म हो जाती तो वो बाद 3 दिन किस तरह गुजारने वो भी सानू पता है। सो आई थिंक वो सारी चीज़ें पता होने कारण स्टिल वी आर वेरी रूटेड, एंड ऊपर वाले का बहुत आशीर्वाद है कि बहुत अच्छे लोग मिले एंड बहुत अच्छा माहौल मिले, सर्कमस्टांसिस भी अच्छे मिले जी। मैम आई एम लकी इन दैट सेंस, थोड़ा बहुत बहुत धन्यवाद सारे नाल जुड़न दे लई। ते ए सीगे साडे नाल अज दे महापुरख मिसेस मधु चितकारा, जिन्हां ने दस्या कि एजुकेशन नू एक ग्रासरूट लेवल नू ओनू यूज करके उन्होंने ਕਿੱਦਾਂ ਇਹਨਾਂ ਜਿਹੜੇ ਪਿੰਡ ਜਿਹੜੇ ਉਹਨਾਂ ਨੇ ਅਡੋਪਟ ਕੀਤੇ ਆ ਉਹਨਾਂ ਦੀ ਜਿਹੜੀ ਪੂਰੀ ਸਰਕਮਸਟਾਂਸਿਸ ਹੈ ਉਹਨਾਂ ਨੂੰ ਚੇਂਜ ਕੀਤਾ, ਨਾਲੇ ਉਹਨਾਂ ਨੂੰ ਬਲਕਿ ਕਰੀਅਰ ਅਪੋਰਚੁਨਿਟੀਜ਼ ਬਲਕਿ ਉਹਨਾਂ ਨੂੰ ਜੌਬ ਅਪੋਰਚੁਨਿਟੀਜ਼ ਜਿਹੜੀਆਂ ਨੇ ਉਹ ਵੀ ਦਿੱਤੀਆਂ ਨੇ। ਤੇ ਹੁਣ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਅੱਜ ਆਪਣੇ ਅੱਜ ਦੇ ਐਪੀਸੋਡ ਦੇ ਦੂਜੇ ਤੇ ਅਗਲੇ ਮਹਾਂਪੁਰਖ ਦੇ ਨਾਲ, ਜੋ ਕਿ ਹੈ ਡਾਕਟਰ ਨੀਤੀ ਚਿਤਕਾਰਾ। ਨੀਤੀ ਮੈਮ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ।
ਨੇਤੀ ਜੀ, ਅਸੀਂ ਵੇਖਿਆ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵੇਖ ਰਹੇ ਸੀਗੇ ਜਿਹੜੇ ਸਕੂਲਸ ਦਾ ਤੁਸੀਂ ਨਵੀਨੀਕਰਨ ਕੀਤਾ, ਉੱਥੇ ਅਸੀਂ ਵੇਖਿਆ ਕਿ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਬਹੁਤ ਪ੍ਰਭਾਵ ਪਿਆ। ਜਿਹੜੇ ਸਕੂਲਸ ਦੇ ਵਿੱਚ ਤੁਸੀਂ ਚੇਂਜਸ ਲਿਆਏ ਉਹਦੇ ਕਰਕੇ ਐਜੂਕੇਸ਼ਨ ਦਾ ਲੈਵਲ ਜਿਹੜਾ ਕੀ ਹੈ ਉਹ ਚੇਂਜ ਹੋ ਚੁੱਕਿਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਕਿਸੇ ਵੀ ਦੇਸ਼ ਦਾ ਜੇਕਰ ਭਵਿੱਖ ਵੇਖਣਾ ਤਾਂ ਉੱਧਰ ਦੇ ਬੱਚਿਆਂ ਵੱਲ ਵੇਖਿਆ ਜਾਵੇ, ਉਹਨਾਂ ਨੂੰ ਸਿੱਖਿਆ ਵਧੀਆ ਪ੍ਰੋਵਾਈਡ ਕਰਾਈ ਜਾਵੇ। ਹੁਣ ਤੁਸੀਂ ਇੰਨੀ ਵਧੀਆ ਜਿਹੜੀ ਸਿੱਖਿਆ ਪ੍ਰੋਵਾਈਡ ਕਰਾ ਰਹੇ ਹੋ, ਇਹ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਹੋਈ? ਮੇਰੀ ਸ਼ੁਰੂਆਤ ਹੋਈ 20 ਸਾਲ ਪਹਿਲਾਂ, ਜਦੋਂ ਚਿਤਕਾਰਾ ਨੇ ਸੋਚਿਆ ਕਿ ਉਹ ਆਪਣਾ ਹੁਣ ਸਕੂਲ ਸ਼ੁਰੂ ਕਰਨਗੇ, ਕਿਉਂਕਿ ਅਸੀਂ ਆਲਰੇਡੀ ਹਾਇਰ ਐਜੂਕੇਸ਼ਨ ਵਿੱਚ ਕੰਮ ਕਰ ਰਹੇ ਸੀਗੇ ਅਤੇ ਗਰਾਸ ਰੂਟ ਲੈਵਲ 'ਤੇ ਕੰਮ ਕਰਨ ਦੀ ਬਹੁਤ ਲੋੜ ਸੀ। ਇਸ ਰੀਜ਼ਨ ਤੋਂ ਅਸੀਂ ਆਪਣੇ ਸਕੂਲ ਖੋਲ੍ਹੇ, ਇੱਕ ਚੰਡੀਗੜ੍ਹ ਵਿੱਚ ਸਕੂਲ ਖੋਲ੍ਹਿਆ, ਹੁਣ ਪੰਚਕੂਲਾ ਵਿੱਚ ਖੋਲ੍ਹਿਆ। ਅਤੇ ਬਜਾਏ ਕਿ ਕਿੰਡਰਗਾਰਟਨ ਟੂ 12 ਸਕੂਲ ਖੋਲ੍ਹਿਆ ਜਾਵੇ, ਅਸੀਂ ਇਹੋ ਜਿਹਾ ਸਕੂਲ ਖੋਲ੍ਹਿਆ ਜਿੱਥੇ 10ਵੀਂ ਦੇ ਬੋਰਡ ਦੀ ਗੱਲ ਤਾਂ ਹੋਵੇ ਹੀ ਹੋਵੇ, ਪਰ ਉਸਦੇ ਨਾਲ ਇੰਪਲੋਇਬਿਲਿਟੀ ਦੀ ਗੱਲ ਹੋਵੇ, ਇੰਟਰਨਸ਼ਿਪਸ ਦੀ ਗੱਲ ਹੋਵੇ, ਬੱਚਿਆਂ ਨੂੰ ਨੌਕਰੀ ਕਰਨ ਵਿੱਚ ਆਸਾਨੀ ਹੋਵੇ, ਉਹ ਨੌਲੇਜ ਜਿਹੜੀ ਅੱਜ ਦੇ ਜ਼ਮਾਨੇ ਵਿੱਚ ਰੈਲੇਵੈਂਟ ਹੈ, ਕੰਮ ਆਉਂਦੀ ਹੈ। ਅਸੀਂ ਨੌਕਰੀ ਕਰਨੇ ਹਾਂ ਅਤੇ ਸਾਨੂੰ ਨੌਕਰੀ ਕਰਨ ਵਿੱਚ ਅੱਗੇ ਗਰੋ ਕਰਨ ਵਿੱਚ ਆਸਾਨੀ ਦੇ, ਇਸ ਤਰੀਕੇ ਦੀ ਐਜੂਕੇਸ਼ਨ ਦੀ ਲੋੜ ਹੈ। ਅਤੇ ਅਸੀਂ ਇਹ ਵੀ ਗੱਲ ਕਰਨੇ ਹਾਂ ਕਿ ਸਾਨੂੰ ਹੋਰ ਇੰਪਲੋਇਮੈਂਟ ਅਪੋਰਚੁਨਿਟੀਜ਼ ਕ੍ਰੀਏਟ ਕਰਨੀ ਹੈ, ਅਤੇ ਉਹ ਕਿਵੇਂ ਕ੍ਰੀਏਟ ਹੋਣਗੀਆਂ? ਉਹ ਕ੍ਰੀਏਟ ਹੋਣਗੀਆਂ ਜਦੋਂ ਸਾਡੀ ਜਿਹੜੀ ਮੈਨ ਪਾਵਰ ਹੈ, ਜਿਹੜੇ ਬੱਚੇ ਸਕੂਲਾਂ 'ਚੋਂ ਯੂਨੀਵਰਸਿਟੀਆਂ 'ਚੋਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਨਿਕਲਦੇ ਨੇ, ਉਹਨਾਂ ਵਿੱਚ ਸਕਿੱਲ ਹੋਵੇ। ਦੇਖਿਓ, ਅੱਜ ਕੱਲ੍ਹ ਉਹੀ ਬੱਚਾ ਹੈ ਉਹਨੂੰ ਜਿਹਨੂੰ ਜੋਬ ਮਿਲਦੀ ਹੈ, ਉਹ ਉਹੀ ਹੈ ਜਿਹਦੇ ਵਿੱਚ IQ ਵੀ ਹੈ, ਜਿਹਦੇ ਵਿੱਚ EQ ਵੀ ਹੈ, ਅਤੇ ਜਿਹਦੇ ਵਿੱਚ SQ ਵੀ ਹੈ। IQ ਮਤਲਬ ਦਿਮਾਗ, EQ ਮਤਲਬ ਇਮੋਸ਼ਨ, ਦਿਲ ਹੋਣਾ ਚਾਹੀਦਾ ਹੈ, ਅਤੇ SQ ਮਤਲਬ ਸਕਿੱਲ ਅਤੇ ਕਾਬਲੀਅਤ ਹੋਣੀ ਚਾਹੀਦੀ ਹੈ। ਇਹ ਤਿੰਨਾਂ ਦਾ ਜਿਹੜਾ ਮਿਸ਼ਰਣ ਹੈ, ਇਹੀ ਜੋਬ ਦਿਲਾ ਸਕਦਾ ਹੈ। ਅਤੇ ਸਕੂਲ ਵੀ ਇਹੋ ਜਿਹੇ ਹੋਣੇ ਚਾਹੀਦੇ ਨੇ, ਅਤੇ ਟੀਚਿੰਗ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿੱਥੇ ਇਹ ਤਿੰਨਾਂ ਚੀਜ਼ਾਂ ਦਾ ਮਿਸ਼ਰਣ ਜਿਹੜਾ ਹੈਗਾ ਹੈ ਉਹ ਬੱਚੇ ਦੇ ਅੰਦਰ ਐਮਬੈਡ ਕੀਤਾ ਜਾਵੇ, ਅਤੇ ਉਹੀ ਐਜੂਕੇਸ਼ਨ ਕੰਮ ਆਉਣੇ ਵਾਲੀ ਐਜੂਕੇਸ਼ਨ ਹੈ ਅਤੇ ਫਿਊਚਰ ਐਜੂਕੇਸ਼ਨ। ਨੀਤੀ ਜੀ, ਤੁਸੀਂ ਸਕਿੱਲਸ ਦੀ ਗੱਲ ਕਰ ਰਹੇ ਹੋ, ਸਰਕਾਰੀ ਸਕੂਲਾਂ ਦੇ ਵਿੱਚ ਕਿਉਂਕਿ ਕਾਫੀ ਚੇਂਜਸ ਤੁਹਾਡੇ ਵੱਲੋਂ ਕਰਾਏ ਗਏ ਨੇ, ਉਨ ਚੇਂਜਸ ਦੇ ਵਿੱਚ ਕਿਹੜੇ ਇਹੋ ਜਿਹੇ ਚੇਂਜਸ ਨੇ ਜਿਹਦੇ ਕਰਕੇ ਸਕਿੱਲ ਡਿਵੈਲਪਮੈਂਟ ਜਿਹੜੀ ਕਿ ਉਹ ਬੱਚਿਆਂ ਦੇ ਵਿੱਚ ਕੀਤੀ ਜਾ ਰਹੀ ਹੈ? ਸਰਕਾਰੀ ਸਕੂਲਾਂ ਵਿੱਚ ਤਾਂ ਸਕਿੱਲ ਦੀ ਕੋਈ ਕਮੀ ਹੈਗੀ ਹੀ ਨਹੀਂ, ਕਿਉਂਕਿ ਉੱਥੇ ਦੇ ਬੱਚਿਆਂ ਦੇ ਕੋਲ ਇੱਕ ਬਹੁਤ ਵੱਡੀ ਚੀਜ਼ ਹੈ, ਉਹ ਹੈ ਨੀਡ। ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਲੋੜ ਅਤੇ ਨੀਡ ਦੇ ਕਾਰਨ ਹੀ ਚਲਦੀ ਹੈ। ਬੱਚੇ ਨੂੰ ਜਦੋਂ ਲੌਜਿਕ ਸਮਝ ਆ ਜਾਂਦਾ ਹੈ ਕਿ ਮੈਂ ਕਿਉਂ ਪੜ੍ਹਨਾ ਹੈ, ਮੇਰੇ ਕਿਸ ਕੰਮ ਆਊਗਾ ਅਤੇ ਮੈਨੂੰ ਕਿੱਥੇ ਲੈ ਜਾਊਗਾ, ਅਤੇ ਉਹੀ ਐਜੂਕੇਸ਼ਨ ਜਿਹੜੀ ਹੈਗੀ ਹੈ ਆਸਾਨ ਲੱਗਣ ਲੱਗਦੀ ਹੈ। ਅਤੇ ਇਸ ਲਈ ਗਵਰਨਮੈਂਟ ਸਕੂਲ ਦੇ ਸਟੂਡੈਂਟਸ ਜਿਹੜੇ ਘੱਟ ਰਿਸੋਰਸਿਸ ਵਿਦ ਅਤੇ ਵੀ ਆਪਣਾ ਗੁਜ਼ਾਰਾ ਕਰਦੇ ਨੇ ਅਤੇ ਬੈਸਟ ਰਿਜ਼ਲਟ ਦਿੰਦੇ ਨੇ, ਇਹ ਨੈਚੁਰਲ ਨੀਡ ਹੈਗੀ ਹੈ। ਅਤੇ ਇਸ ਲਈ ਇਹ ਬਸ ਜ਼ਰੂਰਤ ਹੈਗੀ ਹੈ ਉਹਨਾਂ ਨੂੰ ਚੰਗੇ ਚੰਗੇ ਮੌਕੇ ਦੇਣ ਦੀ, ਜ਼ਰੂਰਤ ਹੈਗੀ ਹੈ ਉਹਨਾਂ ਨੂੰ ਅੱਛੀ ਪ੍ਰੋਗਰਾਮਸ ਬਾਰੇ ਬਤਾਉਣ ਦੀ। ਹੁਣ ਸਰਕਾਰ ਨੇ ਟਿੰਕਰਿੰਗ ਲੈਬ ਵੀ ਸਕੂਲਾਂ ਵਿੱਚ ਸ਼ੁਰੂ ਕੀਤੀ ਹੈ, 10,000 ਪਲੱਸ ਸਕੂਲਾਂ ਵਿੱਚ ਸਾਡੇ ਭਾਰਤ ਵਿੱਚ ਟਿੰਕਰਿੰਗ ਲੈਬ ਹੈ। ਇੱਥੇ ਡਿਫਰੈਂਟ ਮੋਡਿਊਲਸ ਪੜ੍ਹਾਏ ਜਾਂਦੇ ਨੇ, ਰੋਬੋਟਿਕਸ ਹੈ, ਐਨਰਜੀ ਹੈ, ਇਲੈਕਟ੍ਰੋਨਿਕਸ ਹੈ, ਟੈਕਸਟਾਈਲ ਹੈ, ਅਤੇ ਇਹ ਸਾਰੇ ਜਿਹੜੇ ਮੋਡਿਊਲਸ ਨੇ ਇਹ ਅਲਟੀਮੇਟਲੀ ਇੰਪਲੋਇਮੈਂਟ ਵਿੱਚ ਹੀ ਕਨਵਰਟ ਹੋਣਗੇ। ਅਤੇ ਇਸ ਲਈ ਗਵਰਨਮੈਂਟ ਸਕੂਲ ਵਿੱਚ ਤਾਂ ਇਹ ਨੈਚੁਰਲੀ ਬੱਚਿਆਂ ਨੂੰ ਆਉਂਦਾ ਹੈ, ਕਿਉਂਕਿ ਉਹਨਾਂ ਕੋਲ ਨੀਡ ਹੈ, ਉਹਨਾਂ ਨੂੰ ਇੰਪਲੋਇਮੈਂਟ ਦੀ ਫੀਲਿੰਗ ਹੈ ਉਹਨਾਂ ਦੇ ਅੰਦਰ। ਅਤੇ ਇਹ ਚੀਜ਼ ਜਿਹੜੀ ਹੈਗੀ ਹੈ ਬਾਕੀ ਸਕੂਲਾਂ ਵਿੱਚ ਸਾਨੂੰ ਆਰਟੀਫਿਸ਼ਲੀ ਕ੍ਰੀਏਟ ਕਰਨੀ ਪੈਂਦੀ ਹੈ। ਅਤੇ ਇਸ ਲਈ ਮੈਨੂੰ ਲੱਗਦਾ ਉੱਥੇ ਐਜ ਹੈ ਗਵਰਨਮੈਂਟ ਸਕੂਲ ਦਾ। ਅਤੇ ਜੇਕਰ ਅਸੀਂ ਗੱਲ ਕਰਦੇ, ਦੇਖੋ ਹਰ ਅਸੀਂ ਸਭ ਕੁਝ ਕਰਦੇ ਹਾਂ ਇੱਕ ਰਿਜ਼ਲਟ ਦੇ ਲਈ। ਤੁਸੀਂ ਵੀ ਜਿਹੜਾ ਕਿ ਬੱਚਿਆਂ ਦੇ ਭਵਿੱਖ ਨੂੰ ਸੁਧਾਰ ਰਹੇ ਹੋ, ਬੱਚਿਆਂ ਦੀ ਜ਼ਿੰਦਗੀ ਬਣਾ ਰਹੇ ਹੋ, ਕਿਹੋ ਜਿਹਾ ਲੱਗਦਾ ਜਦੋਂ ਕਿਸੇ ਜਵਾਕ ਨੂੰ ਵੇਖਦੇ ਹੋ ਸਰਕਾਰੀ ਸਕੂਲ ਦੇ, ਉਸ ਜਵਾਕ ਨੂੰ ਜੋ ਕਿ ਸ਼ਾਇਦ ਜ਼ਿੰਦਗੀ 'ਚ ਕੁਛ ਕਰ ਨਾ ਪਾਉਂਦਾ, ਲੇਕਿਨ ਤੁਹਾਡਾ ਜਿਹੜਾ ਉਪਰਾਲਾ ਹੈ, ਤੁਹਾਡੀ ਜਿਹੜੀ ਕੋਸ਼ਿਸ਼ ਹੈ, ਉਹਦੇ ਕਰਕੇ ਅੱਜ ਉਹਦੇ 'ਚ ਕੋਈ ਸਕਿੱਲ ਹੈ, ਅੱਜ ਉਹ ਇਹੋ ਜਿਹਾ ਹੈ ਕਿ ਉਹਨੂੰ ਵੇਖ ਕੇ ਲੱਗਦਾ ਕਿ ਅੱਗੇ ਜਾ ਕੇ ਜ਼ਿੰਦਗੀ 'ਚ ਕੁਛ ਕਰ ਲਊਗਾ। ਦੇਖੋ, ਮੈਂ ਨਾ 20 ਸਾਲ ਟੀਚਰਾਂ ਨਾਲ ਕਾਫੀ ਇੰਟਰੈਕਟ ਕੀਤਾ। ਕਈ ਵਾਰ ਟੀਚਰ ਕਹਿੰਦੇ ਨੇ ਇਹ ਬੱਚਾ ਤਾਂ ਇਹੋ ਜਿਹਾ ਹੈਗਾ ਹੈ ਅਤੇ ਇੱਦਾਂ ਤਾਂ ਕੁਛ ਨਹੀਂ ਬਣੂਗਾ, ਪਰ ਮੈਂ ਅੱਗੇ ਜਾ ਕੇ ਦੇਖਦੀ ਹਾਂ ਕਿ ਉਹ ਬੱਚਾ ਬਹੁਤ ਵਧੀਆ ਕਰਦਾ। ਅਤੇ ਅਸੀਂ ਪਹਿਲਾਂ ਤਾਂ ਅਸੀਂ ਕੋਈ ਨਹੀਂ ਹੁੰਦੇ ਕਿਸੇ ਨੂੰ ਜੱਜ ਕਰਨ ਲਈ, ਅਤੇ ਸਾਡੀ ਜਿਹੜੀ ਵਰਡਿਕ ਹੈ ਉਹ ਹਮੇਸ਼ਾ ਸਹੀ ਨਹੀਂ ਹੁੰਦੀ। ਦੂਜੀ ਚੀਜ਼ ਇਹ, ਮੈਂ ਤੁਹਾਨੂੰ ਆਪਣੇ ਸਕੂਲ ਦੀ ਇੱਕ ਪ੍ਰੈਕਟਿਸ ਦੱਸਦੀ ਹਾਂ। ਅਸੀਂ ਹਰ ਸਮੈਸਟਰ 3 ਦਿਨ ਸਾਡੇ ਬੱਚੇ ਪ੍ਰਾਈਵੇਟ ਸਕੂਲ ਦੇ, ਗਵਰਨਮੈਂਟ ਸਕੂਲ ਜਿਹੜਾ ਨੇਬਰਿੰਗ ਗਵਰਨਮੈਂਟ ਸਕੂਲ ਹੈ ਉੱਥੇ ਪੜ੍ਹਨ ਜਾਂਦੇ ਨੇ, ਅਤੇ 3 ਦਿਨ ਗਵਰਨਮੈਂਟ ਸਕੂਲ ਦੇ ਬੱਚੇ ਸਾਡੇ ਸਕੂਲ ਪੜ੍ਹਨ ਆਉਂਦੇ ਨੇ। ਅਤੇ ਗਵਰਨਮੈਂਟ ਸਕੂਲ ਦੀ ਟੀਚਰ ਅਤੇ ਸਾਡੀ ਟੀਚਰ ਜੁਆਇੰਟ ਲੈਸਨ ਪਲੈਨਿੰਗ ਕਰਦੀ ਹੈ, ਅਤੇ ਜੁਆਇੰਟ ਮਿਲ ਕੇ ਪੜ੍ਹਾਉਂਦੇ ਨੇ, ਅਤੇ ਜੁਗਲਬੰਦੀ ਵੀ ਹੁੰਦੀ ਹੈ ਥੋੜ੍ਹੀ ਜਿਹੀ। ਅਤੇ ਇਹ ਐਕਸਰਸਾਈਜ਼ ਵਿੱਚ ਇਹ ਪਾਇਆ ਜਾਂਦਾ ਹੈ ਕਿ
ਦੋਵਾਂ ਵਿੱਚ ਨੈਚੁਰਲ ਨੀਡ ਹੈ ਪੜ੍ਹਨ ਦੀ ਅਤੇ ਦੋਵਾਂ ਯੂ ਨੋ ਦੋਵੇਂ ਇੱਕ ਦੂਸਰੇ ਨੂੰ ਡਿਫਰੈਂਟ ਵਰਲਡ ਨੇ ਅਤੇ ਇੱਕ ਦੂਸਰੇ ਨੂੰ ਜਾਣਨ ਦੀ ਇੱਛਾ ਰਹਿੰਦੀ ਹੈ ਅਤੇ ਬੜੀ ਐਕਸਰਸਾਈਜ਼ਾਂ ਨੇ ਬੜੀ ਆਈਸ ਬ੍ਰੇਕਿੰਗ ਸੈਸ਼ਨਸ ਨੇ ਜਿਹੜੇ ਅਸੀਂ ਕਰਦੇ ਹਾਂ ਨੇਬਰਿੰਗ ਗਵਰਨਮੈਂਟ ਸਕੂਲ ਨਾਲ 3-4 ਸਾਲ ਹੋ ਚੁੱਕੇ ਨੇ ਸਾਨੂੰ ਇਹ ਕਰਦੇ ਹੋਏ ਪਰ ਮੈਂ ਕਹਾਂਗੀ ਕਿ ਬੜੀ ਫੈਂਟੈਸਟਿਕ ਐਕਸਰਸਾਈਜ਼ ਹੈ ਗਵਰਨਮੈਂਟ ਨੇ ਸਾਨੂੰ ਅਵਾਰਡ ਵੀ ਦਿੱਤੇ ਨੇ ਇਸ ਲਈ ਅਤੇ ਗ੍ਰੇਟ ਸਿਨਰਜੀ ਹੈ ਅਤੇ ਅਸੀਂ ਦੇਖਦੇ ਹਾਂ ਕਿ ਕੁਛ ਚੀਜ਼ਾਂ ਉਹਨਾਂ ਨੂੰ ਆਉਂਦੀਆਂ ਨੇ ਜੋ ਸਾਨੂੰ ਨਹੀਂ ਪਤਾ ਹੁੰਦੀਆਂ ਅਤੇ ਕੁਛ ਚੀਜ਼ਾਂ ਸਾਨੂੰ ਆਉਂਦੀਆਂ ਨੇ ਜੋ ਉਹਨਾਂ ਲਈ ਨਹੀਂ ਹੁੰਦੀਆਂ ਨੇ ਅਤੇ ਇਹ ਬੜਾ ਵਧੀਆ ਤਾਲਮੇਲ ਹੈਗਾ ਜਿਹੜਾ ਚੱਲਦਾ ਪਿਆ ਅਤੇ ਆਈ ਥਿੰਕ ਬੜੇ ਹੋਰ ਸਕੂਲਾਂ ਵਿੱਚ ਵੀ ਰੈਪਲੀਕੇਟ ਕੀਤਾ ਜਾ ਸਕਦਾ ਹੈ ਬਿਕੋਜ਼ NEP ਨੈਸ਼ਨਲ ਐਜੂਕੇਸ਼ਨ ਪੋਲਿਸੀ ਇਹੀ ਗੱਲ ਕਰਦੀ ਹੈ ਕਿ ਸਕੂਲਾਂ ਨੂੰ ਯੂਨੀਵਰਸਿਟੀਆਂ ਨਾਲ ਜੋੜੋ ਅਤੇ ਯੂਨੀਵਰਸਿਟੀਆਂ ਨੂੰ ਇੰਡਸਟਰੀ ਨਾਲ ਜੋੜੋ ਆਪੋ ਆਪਣੇ ਆਪ ਇੰਪਲੋਇਬਿਲਟੀ ਆਊਗੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ ਅਤੇ ਆਹ ਸੀਗੇ ਸਾਡੇ ਨਾਲ ਉਹ ਅੱਜ ਦੇ ਮਹਾਂਪੁਰਖ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰਾਜਪੁਰੇ ਦੇ ਕੁਛ ਪਿੰਡਾਂ ਨੂੰ ਅਪਣਾਇਆ ਉਸ ਤੋਂ ਬਾਅਦ ਜਿਹੜੇ ਸਰਕਾਰੀ ਸਕੂਲ ਸੀਗੇ ਖਾਸ ਤੌਰ 'ਤੇ ਉਸ ਸਰਕਾਰੀ ਸਕੂਲ ਦੇ ਵਿੱਚ ਚੇਂਜਸ ਕੀਤੇ ਜਿਹਦੇ ਕਰਕੇ ਬੱਚਿਆਂ ਨੂੰ ਬੱਚਿਆਂ ਦੇ ਵਿੱਚ ਸਕਿੱਲਸ ਵੀ ਡਿਵੈਲਪ ਕੀਤੀ ਅਤੇ ਨਾਲ ਦੇ ਨਾਲ ਉਹਨਾਂ ਨੂੰ ਇਹੋ ਜਿਹਾ ਟ੍ਰੇਨ ਕੀਤਾ ਕਿ ਅੱਗੇ ਜਾ ਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਕਰਨ ਅਤੇ ਆਪਣੇ ਪਰਿਵਾਰ ਦਾ ਆਪਣੇ ਘਰਦਿਆਂ ਦਾ ਨਾਂ ਰੋਸ਼ਨ ਕਰਨ ਇਹੋ ਜਿਹੇ ਇਸ ਜਜ਼ਬੇ ਨੂੰ ਜ਼ੀ ਮੀਡੀਆ ਵੱਲੋਂ ਸਲਾਮ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਮਹਾਂਪੁਰਖ ਦਾ ਦਰਜਾ ਦਿੱਤਾ ਜਾਂਦਾ ਹੈ ਫਿਲਹਾਲ ਦੇ ਲਈ ਦਿਓ ਸਾਨੂੰ ਇਜਾਜ਼ਤ ਦੁਬਾਰਾ ਮਿਲਾਂਗੇ ਫਿਰ ਕਿਸੇ ਮਹਾਂਪੁਰਖ ਦੇ ਨਾਲ ਜਿਨ੍ਹਾਂ ਨੇ ਸੋਸਾਇਟੀ ਦੇ ਲਈ ਆਪਣਾ ਕੁਛ ਯੋਗਦਾਨ ਦਿੱਤਾ ਕੈਮਰਾਮੈਨ ਤਰਿੰਦਰ ਸਿੰਘ ਦੇ ਨਾਲ ਅਨਮੋਲ ਸਿੰਘ ਗੁਲਾਟੀ ਜ਼ੀ ਮੀਡੀਆ ਰਾਜਪੁਰਾ